ਹਾਂਜੀ ਚੈਪਟਰ ਨੰਬਰ ਹੈਗਾ 21 ਤੇ 15 ਨੰਬਰ ਪੇਜ 'ਤੇ ਅਤੇ ਕਹਿੰਦੇ ਵੀ ਸੀ ਨਾ ਵੀ ਰਾਤ ਉਹ ਪ੍ਰਵੀਜ਼ ਦਾ ਸਿਗਨੇਚਰ ਰੈਫਰੇਸ਼ਨ ਕਰਨ ਨੋਟਿਸ ਦਿੰਦਾ ਹੈ। ਹੁਣ ਆਪ ਸੱਜ ਲੈਵਲ ਇੱਕ ਟ੍ਰੇਨ ਦਾ ਫਾਟਕ ਹੈਗਾ ਹੈ, ਕਿਹੜਾ ਫਾਟਕ ਹੈ? ਸੈਂਸ ਆਫ ਏਰੀਅਰ ਬਿਨਾਂ ਬੈਰੀਅਰ ਤੋਂ। ਹੁਣ ਅਸੀਂ ਕੱਲ੍ਹ ਪੜ੍ਹੇ ਸੀ ਬੈਰੀਅਰ ਵਾਲਾ, ਠੀਕ ਹੈ, ਜਿਹੜਾ ਪੇਜ ਅਸੀਂ ਕੱਲ੍ਹ ਪੜ੍ਹਿਆ, ਯਾਨੀ ਕਿ ਉੱਥੇ ਬੈਰੀਅਰ ਜਾਂ ਸਮੀ ਬੈਰੀਅਰ ਮੌਜੂਦ ਸੀ ਮਸਟ। ਅੱਜ ਜਿਹੜਾ ਅਸੀਂ ਪੜ੍ਹਨਾ ਨਾ ਇਹ ਬੈਰੀਅਰ ਬਾਰੇ, ਸਭ ਸਮੀ ਬੈਰੀਅਰ ਮੌਜੂਦ ਹੈ। ਅੱਜ ਜਿਹੜਾ ਅਸੀਂ ਪੜ੍ਹਨਾ ਇਹ ਬਿਨਾਂ ਬੈਰੀਅਰ ਤੋਂ, ਸੈਂਸ ਆਫ ਏਰੀਅਰ ਜਿਹੜਾ ਬਿਨਾਂ ਬੈਰੀਅਰ ਤੋਂ, ਠੀਕ ਹੈ, ਯਾਨੀ ਕਿ ਇੱਥੇ ਬੈਰੀਅਰ ਨਹੀਂ ਹੈ ਵੀ ਤੁਸੀਂ ਆਪੇ ਲੈਟ ਲੂਟ ਦੇਖ ਕੇ ਧਿਆਨ ਕਰਕੇ ਤਿਆਰ ਕਰਕੇ ਲੰਘਣਾ, ਠੀਕ ਹੈ। ਕਹਿੰਦੇ ਹੁਣ ਆਪ ਸੱਜ ਲਿਵਲ ਸੈਂਸ ਆਫ ਏਰੀਅਰ ਬਿਲਕੁਲ ਦਰੁਸਤ ਨਾਲ ਬਿਵੇਅਰ ਹੋਇਆ। ਇਸ ਨੇ ਵੀਰਾ ਤੋਂ ਰਿਕੇ ਦੇ, ਰਿਕੇ ਦੇ ਕੁਸ਼ਚਨ ਵਿੱਚ ਆ ਕੇ ਕੁਸ਼ਚਨ ਵੈਸੇ ਵੀਰ ਹੋ ਜਾਂਦਾ, ਠੀਕ ਹੈ। ਜਦ ਕੁਸ਼ਚਨ ਰਿਕੇ ਦੇ ਲਿਖਿਆ ਆ ਗਿਆ ਕੁਸ਼ਚਨ ਵੀਰੋ, ਇਸ ਨੇ ਵੀਰਾ ਤੋਂ ਰਿਕੇ ਦੇ ਉਜ਼ਾਰੇ ਮਾਸੀਮੋ ਪ੍ਰੋਦੈਂਜ਼ਾ, ਮੈਕਸੀਮਮ ਸਾਵਧਾਨ ਦਾ ਪ੍ਰਯੋਗ ਕਰੋ, ਮੈਕਸੀਮਮ ਜ਼ਿਆਦਾ ਜ਼ਿਆਦਾ ਇਹਤਿਆਤ ਕਰੋ, ਵੀਰ ਹੋਇਆ ਪ੍ਰੋਦੈਂਜ਼ਾ ਦੀ ਇਹਤਿਆਤ ਸਾਵਧਾਨੀ। ਇਸ ਨੇ ਵੀਰਾ ਤੋਂ ਦੇਵੇ ਐਸਰੇ ਸਿਗਵੀਤੋ ਦਲ ਸਿਨਿਆਲੇ ਕਰੋਚੇ ਦੀ ਸਾਨਾਂਦਰੀ ਹੋ, ਕਹਿੰਦੇ ਕਰੋਚੇ ਦੀ ਸਾਨਾਂਦਰੀ ਜਿਹੜਾ ਨਾ ਉਹਨੂੰ ਫੋਲੋ ਕਰਨਾ, ਯਾਨੀ ਕਿ ਉਹਨੂੰ ਦੇਖਣਾ। ਕਰੋਚੇ ਦੀ ਸਾਨਾਂਦਰੀ ਦੀ ਕਿਹੜੀ ਲੋੜ ਪੈਂਦੀ ਹੈ? ਕਰੋਚੇ ਦੀ ਸਾਨਾਂਦਰੀ ਸਿਗਨਲ ਹੁੰਦਾ ਜਿਹੜਾ ਕਿ ਕਾਟੇ ਦਾ ਨਿਸ਼ਾਨ ਪਿਆ ਹੁੰਦਾ, ਜਿਹੜਾ ਕਿ ਅਸੀਂ ਅੱਗੇ ਦੇਖ ਸਕਦੇ ਹਾਂ, ਇਹ ਡਬਲ ਵੀ ਹੋ ਸਕਦਾ ਸਿੰਗਲ ਵੀ। ਇਹਦਾ ਸਿਰਫ ਕੰਮ ਹੁੰਦਾ ਹੈ ਕਿ ਇਹ ਦੱਸਦਾ ਹੋਇਆ, ਕਿਉਂਕਿ ਹੁਣ ਇੱਥੇ ਫਾਟਕਾਂ ਤਾਂ ਹੈ ਨਹੀਂ, ਜੇ ਤਾਂ ਫਾਟਕਾਂ ਹੋਣ ਤਾਂ ਫਿਰ ਤਾਂ ਕੋਈ ਮਸਲਾ ਨਹੀਂ ਹੈ ਵੀ, ਸਾਨੂੰ ਸਮਝ ਲੱਗ ਜਾਂਦੀ ਹੈ ਵੀ ਫਾਟਕਾਂ ਹੈ ਨੇ, ਭਾਵੇਂ ਟਰੈਕ ਕਿੰਨੇ ਵੀ ਹੋਣ। ਜਦ ਫਾਟਕਾਂ ਨਹੀਂ ਨਾ ਹੋਣਗੀਆਂ ਫਿਰ ਸਾਨੂੰ ਲਾਜ਼ਮੀ ਜਾਣਨਾ ਕਿ ਟਰੈਕ ਕਿੰਨੇ ਨੇ, ਇੱਕ ਹੈ ਜਾਂ ਇੱਕ ਤੋਂ ਵੱਧ ਨੇ। ਜੇ ਕਰੋਚੇ ਦੇ ਸਾਨਾਂ ਅੰਦਰੋਂ ਇੱਕ ਹੋਵੇਗਾ ਨਾ ਤਾਂ ਫਿਰ ਇੱਕੋ ਟਰੈਕ ਹੈ, ਯਾਨੀ ਕਿ ਇੱਕ ਟ੍ਰੇਨ ਆਏਗੀ ਲੰਘ ਜਾਏਗੀ, ਉਹੀ ਟ੍ਰੇਨ ਸੀ, ਮੁਮਕਿਨ ਹੈ ਪਿੱਛੇ ਟ੍ਰੇਨ ਨਹੀਂ ਹੋਣਗੀ। ਜੇ ਇੱਕ ਦੋ ਪਿਓ ਕਰੋਚੇ ਸਾਨਾਂ ਅੰਦਰੀ ਹੋਵੇਗਾ, ਡਬਲ ਚੋ ਕਰੋਚੇ ਹੋ ਸਾਨਾਂਦਰੀ ਜਿਹੜਾ ਅਸੀਂ ਹੁਣ ਫੋਟੋ ਦੇਖ ਕੇ ਕਾਟੇ ਦਾ, ਇਹ ਜੇ ਡਬਲ ਹੋਵੇਗਾ ਉੱਤੇ ਥੱਲੇ ਦੋ ਹੋਣਗੇ, ਤਾਂ ਇੱਕ ਤੋਂ ਵੱਧ ਫਿਰ ਟ੍ਰੇਨ ਦਾ ਟਰੈਕ ਹੈ, ਮੁਮਕਿਨ ਹੈ ਤਿੰਨ, ਦੋ, ਤਿੰਨ, ਚਾਰ, ਪੰਜ, ਕਿੰਨੇ ਵੀ ਹੋ ਸਕਦੇ, ਸੱਤ, ਅੱਠ, ਦਸ ਤੱਕ ਟਰੈਕ ਹੋ ਸਕਦੇ ਹੈ। ਜੇ ਇੰਨੇ ਟਰੈਕ ਨੇ ਨਾ ਇੱਕ ਤੋਂ ਵੱਧ ਹੈ, ਫਿਰ ਤੁਸੀਂ ਫੋਕਸ ਰੱਖੋ ਆਪਣੀ, ਪਹਿਲੇ ਵੀ ਵੈਸੇ ਵੀ ਫੋਕਸ ਲਾਈਟ 'ਤੇ ਰੱਖਣਾ ਹੁੰਦਾ, ਫਿਰ ਤੁਸੀਂ ਫੋਕਸ ਰੱਖੋ ਜਦ ਤੱਕ ਲਾਈਟ ਬੰਦ ਨਹੀਂ ਹੋਈ ਤਦ ਤੱਕ ਨਾ ਲੰਘੋ। ਕਿਉਂ ਨਾ ਲੰਘੋ? ਕਿਉਂਕਿ ਮੁਮਕਿਨ ਹੈ ਇੱਕ ਟ੍ਰੇਨ ਗਈ ਹੈ, ਉਹਦੇ ਪਿੱਛੇ ਇੱਕ ਹੋਰ ਟ੍ਰੇਨ ਆ ਰਹੀ ਹੋਵੇ ਦੂਜੇ ਟਰੈਕ ਦਿੱਤਾ, ਅਤੇ ਇਹ ਨਾ ਹੋਵੇ ਤੁਸੀਂ ਟ੍ਰੇਨ ਲੰਘੀਏ ਮਗਰ ਦੋ ਜਲਦੀ ਜਲਦੀ ਤਾਲੀ ਤਾਲੀ ਨਿਕਲਣ ਦੀ ਕੋਸ਼ਿਸ਼ ਕਰੋ, ਕੋਈ ਟ੍ਰੇਨ ਦੂਜੀ ਆ ਜਾਏ, ਐਕਸੀਡੈਂਟ ਹੋ ਜਾਏ। ਕਹਿੰਦੇ ਦੇਵੇ ਇਸ ਰੇ, ਕਿਉਂਕਿ ਬਿਨਾਂ ਬਿਨਾਂ ਫਾਟਕਾਂ ਦੂੰਗੇ ਨਾ ਤਾਂ ਲਾਜ਼ਮੀ ਹੈ ਹੋਣਾ ਚਾਹੀਦਾ ਸਿਗਨਲ ਕਰੋਚੇ ਦੇ ਸਾਨਾਂ ਅੰਦਰ ਹੀ ਹੋਣਾ ਚਾਹੀਦਾ, ਫਿਰ ਹੋਇਆ ਇਹ ਵੀ ਚੌਂਕ ਦੇ ਨੇੜੇ ਲੱਗੇ ਹੁੰਦਾ। ਇਸ ਨੇ ਵੀਰਾ ਤੋਂ ਪ੍ਰਵੀਜ਼ ਦਾ ਸਿਗਨੇਚਰ ਰਿਫਰੈਸ਼ਿੰਗ ਕਰਕੇ ਨੋਟਿਸ ਦਿੰਦਾ ਹੈ, ਉਹਨਾਂ ਫਿਰ ਮਾਤਾ ਦਲ ਤਰਾਮ, ਟਰਾਮ ਦਾ ਫਿਰ ਮਾਤਾ ਕਹਿੰਦੇ ਨੂੰ ਇੱਥੇ ਹੈਗਾ। ਦੇਖੋ ਇਹ ਵੀ ਗਲਤ ਕਿਨ ਫਾਲਸ ਹੋਇਆ, ਫਿਰ ਮਾਤਾ ਹੁੰਦਾ, ਯਾਨੀ ਕਿ ਇੱਕ ਟਰੈਮ ਦਾ ਸਟੇਸ਼ਨ ਹੁੰਦਾ, ਟ੍ਰੇਨ ਸਟੇਸ਼ਨ ਹੁੰਦਾ, ਜਿਹੜਾ ਟਰਾਮ ਦਾ ਸਟੇਸ਼ਨ ਹੁੰਦਾ, ਯਾਨੀ ਕਿ ਸਟਾਪ ਉਹਦਾ, ਜਿਵੇਂ ਬੱਸ ਦਾ ਸਟਾਪ ਹੁੰਦਾ ਨਾ ਅਸੀਂ ਕਹਿੰਦੇ ਹਾਂ, ਟਰਾਮ ਦਾ ਸਟਾਪ ਹੁੰਦਾ, ਠੀਕ ਹੈ, ਇਹਨੂੰ ਫਿਰ ਮਾਤਾ ਕਹਿੰਦੇ ਨੇ। ਇਹ ਕੋਈ ਫਿਰ ਮਾਤਾ ਨਹੀਂ ਹੈ ਵੀ ਟਰਾਮ ਦਾ, ਟਰਾਮ ਵੈਸੇ ਸ਼ਹਿਰਾਂ ਚੱਲਦੀ ਹੈ, ਇਸ ਕਰਕੇ ਫਾਲਸ ਹੋਇਆ, ਇਹ ਸ਼ਹਿਰ ਤੋਂ ਬਾਹਰ ਵਾਲੀ ਦੀ ਗੱਲ ਕਰ ਰਹੇ ਨੇ। ਇਸ ਨੇ ਫਿਰ ਪ੍ਰੀਵੀ ਦਾ ਸਿਗਨੇਚਰ ਰਫੀਲੇ ਸ਼ਿਕਾਰ ਨੋਟਿਸ ਦਿੰਦਾ, ਉਹਨੂੰ ਅਪਸਾ ਝੀਲ ਵੇਲੇ ਟ੍ਰੇਨ ਦਾ ਫਾਟਕ ਹੈਗਾ, ਕੌਨ ਬੈਰੀਅਰ ਹੈ ਜਿੱਥੇ ਬੈਰੀਅਰ ਨਾਲ, ਗਲਤ ਕਿਨ ਫਾਲਸ ਹੋਇਆ, ਕੋਈ ਟ੍ਰੇਨ ਦਾ ਇੱਦਾਂ ਦਾ ਫਾਟਕ ਨਹੀਂ ਹੈ ਜਿੱਥੇ ਨੋਟਿਸ ਦਿੰਦੇ, ਉਹਨੂੰ ਅਪਸਾ ਝੀਲ ਵੇਲੇ ਕੌਨ ਬੈਰੀਅਰ ਵਾਲਾ ਹੈ, ਫਾਲਸ ਹੋਇਆ ਇਸ ਕਰਕੇ ਵੀ। ਇਸ ਨੇ ਫਿਰ ਤੋਂ ਪ੍ਰੀਵੀ ਦਾ ਸਿਗਨੇਚਰ ਰਫੀਲੇਸ਼ਨ ਕਰਨ ਨੋਟਿਸ ਦਿੰਦਾ ਹੈ, ਲਾ ਪ੍ਰੈਜੈਂਸ ਆ ਦੀ ਬਿਨਾਰੀ ਦਲ ਤਰਾਮ, ਪ੍ਰੈਜੈਂਸ ਆ ਮੌਜੂਦਗੀ ਹੈ ਦਲ ਬਿਨਾਰੀ ਦਲ ਤਰਾਮ ਟ੍ਰੇਨ ਦੇ ਟਰੈਕ ਦੀ। ਦੇਖੋ ਗਲਤ ਕਿਨ ਫਾਲਸ ਹੋਇਆ, ਕੋਈ ਟ੍ਰੇਨ ਦੇ ਟਰੈਕ ਦੀ ਬਿਨਾਰ ਜਿਹੜੀ ਹੈ ਮੌਜੂਦਗੀ, ਟਰੰਮ ਹੈ ਹੀ ਨਹੀਂ ਹੈ, ਇਹ ਸੱਜ ਲਵੇ ਲਓ ਇਹ ਫੈਰੋਵੇਰੀ ਲੈਂਦੇ ਹਾਂ, ਫੈਰੀਵੇਰੀ ਹੈ, ਠੀਕ ਹੈ, ਇਸ ਕਰਕੇ ਫਾਲਸ ਹੋਇਆ। ਟਰੰਮ ਹੁੰਦੀ ਜਿਹੜੀ ਸ਼ਹਿਰਾਂ ਸ਼ਹਿਰਾਂ ਚੱਲਦੀ ਹੈ। ਅੱਗੇ ਵੀ ਇਹਦਾ ਹੀ ਪੇਜ ਹੈ ਦੂਸਰਾ, ਬਿਨਾਂ ਬੈਰੀਅਰ ਵਾਲੇ, ਠੀਕ ਹੈ। ਇੱਥੇ ਦੋ ਲੁਚੇ ਰੋਜ਼ਾ ਲੰਬਾ ਜਾਂਦੇ, ਦੋ ਰੈੱਡ ਲਾਈਟਾਂ ਜਗਦੀ ਪਈ ਜਾਂਦੀਆਂ, ਠੀਕ ਹੈ। ਜੇ ਸਮੀ ਬੈਰੀਅਰ ਹੋਵੇਗਾ ਜਾਂ ਬਿਨਾਂ ਬੈਰੀਅਰ ਤੋਂ ਹੋਵੇਗੀ ਤਾਂ ਦੋ ਰੈੱਡ ਲਾਈਟਾਂ ਜਗਦੀ ਪਈ ਦੀਆਂ, ਜੇ ਫੁੱਲ ਬੈਰੀਅਰ ਹੋਵੇਗੀ ਤਾਂ ਇੱਕ ਲੁਚੇ ਰੋਜ਼ਾ ਫੀਸਾ ਫਿਕਸ ਰੈੱਡ ਲਾਈਟ। ਇਨ ਪ੍ਰੈਜੈਂਟ ਦਲ ਸਿਨੇਹਾ ਫਿਰਾ ਤੋਂ ਸਿਗਨੇ ਮਿਊਕੀ ਜਿਹੜਾ ਫੀਲੇਸ਼ਨ ਕਰ ਰਹੇ ਨੇ, ਨੈਚ ਸਾਰੀ ਉਹ ਕਹਿੰਦੇ ਜ਼ਰੂਰਤ ਹੈ, ਲੋੜ ਹੈ ਰਲੰਤਾ ਰਿਆਸਤੇ ਕਰੋ, ਪਰ ਪੋਤੇ ਰਸਤਾਰ ਰੇ ਇਵਿਕੋਲੀ ਪ੍ਰੀਮਾ ਦਿਲ ਆਤਰਵਰ ਸਮੈਂ ਤੋਂ ਫੈਰੋਵੇਰੀਆ। ਕਹਿੰਦੇ ਪਰ ਪੋਤੇ ਰਸਤਾ ਰੇ ਕਦੀ ਵੀ ਰੁਕਣ ਲਈ ਇਵਿਕੋਲ ਗੱਡੀ ਨੂੰ ਪ੍ਰੀਮਾ ਦਲ ਆਤਰਵਰ ਸਮੈਂ ਤੋਂ ਫੈਰੋਵੇਰੀਆ, ਆਤਰਵਰ ਸਮੈਂ ਤੋਂ ਫੈਰੋਵੇਰੀ ਜਿਹੜੀ ਜ਼ੇਬਰਾ ਕਸੀ ਨਾ ਉਹਦੇ ਤੋਂ ਪਹਿਲੇ ਰੁਕਣ ਲਈ ਕਦੀ ਵੀ ਕਹਿੰਦੇ ਪਏ ਕੀ ਕਰਨਾ ਰਲੰਤਾ ਰਿਆਸਤਾ ਕਰੋ, ਪਰ ਪੋਤੇ ਰਸਤਾ ਰੇ ਵੀ ਕਦੀ ਵੀ ਜੇ ਲੋੜ ਪਵੇ ਤਾਂ ਰੁਕ ਸਕਿਆ ਬੰਦਾ, ਦਰੁਸਤ ਕਿਨ ਬਿਵੇਅਰ ਹੋਇਆ, ਜੇ ਲੋੜ ਪਵੇ ਤਾਂ ਰੁਕਣ ਦੇ ਲਈ ਬੰਦੇ ਨੂੰ ਤਿਆਰ ਹੋਣਾ ਚਾਹੀਦਾ, ਕਿਉਂਕਿ ਆਮ ਚੌਂਕ ਦਾ ਵੀ ਸਾਵਧਾਨੀ ਇਤਿਆਤ ਕਰ ਵਰਤਣੀ ਹੁੰਦੀ ਹੈ, ਇਤਿਆਤ ਕਰਨੀ ਹੁੰਦੀ ਹੈ, ਅਤੇ ਜੇ ਅਗਰ ਟ੍ਰੇਨ ਦਾ ਫਾਟਕ ਦੂਜੀ ਕੋਲ ਟ੍ਰੇਨ ਆ ਰਹੀ ਫਿਰ ਜ਼ਿਆਦਾ ਇਤਿਆਤ ਕਰਨੀ ਚਾਹੀਦੀ ਹੈ। ਇਨ ਪ੍ਰੈਜੈਂਸ ਦਾ ਮੌਜੂਦਗੀ ਦਲ ਸਿਗਨਲ ਰੈਫਿਕਰਾ ਜਿਹੜਾ ਸਿਗਨਲ ਰੈਫਿਕਰੇਸ਼ਨ ਕਰ ਰਹੇ, ਸਾਰੇ ਕੁਸ਼ਚਨ ਇੱਥੋਂ ਹੀ ਸੇਮ ਹੀ ਹੁੰਦੇ ਨੇ, ਸੇਮ ਪਹਿਲੀ ਲੈਣ ਸਭ ਆ ਜਾਂਦੀ ਹੈ। ਕਹਿੰਦੇ ਨੈਚਸਾਰੀ ਆ ਇੱਥੋਂ ਲਵਾਲ ਸ਼ੁਰੂ ਹੁੰਦਾ ਹੈ, ਅਰ ਸਿਕਿਓਰ ਸੀ ਸਿਕਿਓਰ ਹੋ ਲਓ ਕਿ ਨੋਨ ਚੀ ਸਿਆਨ ਹੋ ਤ੍ਰੇਨੀ ਇਨ ਅਰੀਵੋ, ਵੀ ਟ੍ਰੇਨਾਂ ਕੋਈ ਆਉਂਦੀਆਂ ਤਾਂ ਨਹੀਂ ਪਈਆਂ, ਸੀ ਆ ਦਸਰਾ ਕਿ ਦਸਰੀ ਇਸਰਾ ਸੱਜੇ ਤੂੰ ਅਤੇ ਖੱਬੇ ਤੂੰ, ਸੱਜੇ ਖੱਬੇ ਤੋਂ ਕਿਧਰ ਕੋਈ ਟ੍ਰੇਨ ਤਾਂ ਨਹੀਂ ਆ ਰਹੀ ਸਿਕਿਓਰ ਹੋਰ ਵੋ, ਕਿਉਂਕਿ ਫਾਟਕੇ ਹੈ ਨਹੀਂ ਸਿਕਿਓਰ, ਤਾਂ ਫਿਰ ਇਤਿਆਤ ਕਰ ਲਓ ਨਾ ਵੱਧ ਤੁਸੀਂ।
ਤਾਂ ਜ਼ਰੂਰੀ ਹੈ ਤੁਸੀਂ ਬਲੀ ਦਾ ਬੱਕਰਾ ਬਣੋ, ਇਹਤਿਆਤ ਜ਼ਿਆਦਾ ਵਧੀਆ ਹੁੰਦੀ ਹੈ, ਠੀਕ ਹੈ, ਇਹਤਿਆਤ ਕਰ ਲਓ, ਕਿਉਂਕਿ ਸਿਰਫ ਲਾਈਟਾਂ ਲੱਗੀਆਂ ਹੁੰਦੀਆਂ ਤੁਹਾਨੂੰ ਵਾਰਨ ਕਰਨ ਲਈ। ਇਨ ਪ੍ਰੈਜ਼ੈਂਸ ਦਲ ਸਿਨੇਹਾ ਫੀਰਾ ਤੋਂ ਮੌਜੂਦਗੀ ਜਾਂ ਸਿਗਨਲ ਰੈਫੀਗ੍ਰੇਸ਼ਨ ਕਰ ਰਹੇ ਨੇ, ਨੋਨ ਪਰਮੇ ਸੋਸਤਾਰੇ ਨੀ ਜਾਸ ਹੈ ਵੀ ਸੋਸਤਾ ਕਰਨ ਦੀ, ਉਹ ਫਿਰ ਮਾਰਸੀ ਔਰ ਰੁਕਣ ਦੀ, ਇਨ ਪ੍ਰੋਸੀਮੀਤਾ ਔਰ ਇਨ ਕੁਰਸਪੰਦਨਾ ਦੀ ਬਨਾਰੀ, ਪ੍ਰੋਸੀਮੀਤਾ ਹੁੰਦਾ ਨੇੜੇ, ਉਨ ਕੁਰਸਪੰਦਨਾ ਜਿੱਥੇ ਮੌਜੂਦ ਹੈ ਦੀ ਬਨਾਰੀ ਟਰੈਕ ਦੇ, ਕਹਿੰਦਾ ਨੀ ਸੋਸਤਾ ਫਿਰ ਮਾਤਾ ਕਰਨ ਦੀ, ਸੋਸਤਾ ਹੁੰਦਾ ਪਾਰਕਿੰਗ ਦੀ ਗੱਡੀ ਲਾ ਕੇ ਚਲੇ ਜਾਣਾ ਘਰੇ, ਜਾਂ ਫਿਰ ਮਾਤਾ ਇੱਕ ਮੂਮੈਂਟ ਲਈ ਖੜਨਾ, ਬੰਦਾ ਚਾੜਨਾ ਲਾਉਣਾ, ਕਹਿੰਦਾ ਇਹਦੇ ਨੇੜੇ ਇਜਾਜ਼ਤ ਨਹੀਂ ਹੁੰਦੀ। ਫਿਰ ਹੋਇਆ ਇਨ ਪ੍ਰੈਜ਼ੈਂਟ ਦਲ ਸਿਨੇਹਾ ਫੀਰਾ ਤੋਂ ਮੌਜੂਦਗੀ ਜਾਂ ਸਿਗਨਲ ਰੈਫੀਗ੍ਰੇਸ਼ਨ ਆ ਰਹੇ ਹੈ, ਨਿਚਸਾਰੀ ਲੋੜ ਹੁੰਦੀ ਹੈ, ਰਲਿੰਤਾ ਰਿਆਸਤਾ ਕਰੋ, ਸੋਲੋ ਇਨ ਕਾਜ਼ੋ ਦੀ ਨੈਬੀਆ, ਇਨ ਕੇਸ ਦਿਨ ਵੀ ਆਉਂਦੇ ਧੁੰਦ ਪਈ ਹੋਵੇ, ਤਾਂ ਇਨ ਕੇ ਜੇ ਧੁੰਦ ਸ਼ੁੰਦ ਪਈ ਹੈ ਤਾਂ ਕਹਿੰਦੇ ਨਿਚਸਾਰੀ ਰਲਿੰਤਾ ਰਿਆਸਤਾ ਕਰੋ, ਦੇਖੋ ਅਗਰ ਕਿਨ ਫਾਲਸ ਹੋਇਆ ਧੁੰਦ ਨਾ ਵੀ ਪਈ ਹੋਵੇ ਫਿਰ ਵੀ ਰਿਆਸਤਾ ਕਰੋ, ਕਿਉਂਕਿ ਅੱਗੇ ਇੱਕ ਚੌਂਕ ਹੈ ਜਿਹਦੇ ਵੀ ਦੂਜੀ ਸਾਈਡ ਤੋਂ ਗੱਡੀਆਂ ਨਹੀਂ ਆ ਰਹੀਆਂ, ਸੜਕ ਨਹੀਂ ਹੈ, ਦੂਜੀ ਸਾਈਡ ਤੋਂ ਟ੍ਰੇਨਾਂ ਆ ਰਹੀਆਂ ਨੇ, ਇਸ ਕਰਕੇ ਫਾਲਸ ਹੋਇਆ, ਇਹ ਕਹਿੰਦੇ ਨੇ ਇਨ ਕੇ ਜੇ ਧੁੰਦ ਹੋਵੇ ਰਿਆਸਤਾ ਕਰੋ, ਧੁੰਦ ਨਾ ਵੀ ਹੋਵੇ ਫਿਰ ਵੀ ਰਿਆਸਤਾ ਕਰੋ। ਇਨ ਪ੍ਰੈਜ਼ੈਂਟ ਦਲ ਸਿਨੇਹਾ ਫੀਰਾ ਤੋਂ ਮੌਜੂਦਗੀ ਜਾਂ ਸਿਗਨਲ ਰੈਫੀਗ੍ਰੇਸ਼ਨ ਕਰ ਰਹੇ ਨੇ, ਸੈਂਪਰੇ ਓਬਲੀਗਟੋਰੀ ਫਿਰ ਮਾਰਸੀ, ਹਮੇਸ਼ਾ ਓਬਲੀਗੋ ਲਾਜ਼ਮੀ ਜ਼ਰੂਰੀ ਹੈ, ਫਿਰ ਮਾਰਸੀ ਰੁਕਣਾ ਦੇ ਬਿਨਾਂ ਰੀ ਟ੍ਰੇਨ 'ਤੇ ਟਰੈਕ ਦੇ ਉੱਤੇ, ਸੈਂਪਰੇ ਨਹੀਂ ਲਾਜ਼ਮੀ ਹੁੰਦਾ ਹੈ ਵੀ, ਦੇਖੋ ਸੇ ਨੈਚੇਸਾਰੀ ਆ ਜੇ ਲੋੜ ਹੋਵੇ ਤਾਂ, ਠੀਕ ਹੈ, ਸੈਂਪਰੇ ਨਹੀਂ ਲੋੜ ਹੈ ਵੀ, ਇਸ ਕਰਕੇ ਫਾਲਸ ਹੋਇਆ, ਸੈਂਪਰੇ ਕਹਿੰਦੇ ਹਮੇਸ਼ਾ ਰੁਕੋ, ਸੈਂਪਰੇ ਵਾਲੇ ਮੋਸਟਲੀ ਕੁਐਸਚਨ ਫਾਲਸ ਹੁੰਦੇ ਨੇ, ਕੁਝ ਕੁਝ ਵਿੱਚ ਵੇਰ ਵੀ ਆਉਂਦੇ ਨੇ, ਬਹੁਤ ਘੱਟ, ਮੋਸਟਲੀ ਜਿਹੜੇ ਜ਼ਿਆਦਾਤਰ ਕੁਐਸਚਨ ਹੈ ਉਹ ਫਾਲਸ ਹੁੰਦੇ ਨੇ। ਇਨ ਪ੍ਰੈਜ਼ੈਂਸ ਦਲ ਸਿਨੇਹਾ ਰਫੀਰਾ ਤੋਂ ਮੌਜੂਦਗੀ ਜਾਂ ਸਿਗਨਲ ਰੈਫੀਗ੍ਰੇਸ਼ਨ ਕਰ ਰਹੇ ਨੇ, ਪੋਸੀਬਲ ਹੈ ਤਰਵਰਸਾ ਰਹੇ ਬਿਨਾਰੀ, ਪੋਸੀਬਲ ਹੈ ਪਾਰ ਕਰ ਲਓ ਟਰੈਕ ਨੂੰ, ਅਨ ਕਿਸੇ ਸਬਰਾਤੀ ਦਾ ਕਵਲੇਤੀ ਇਸਤਰੀ ਚ ਬੈਂਕ ਰੋਸੇ, ਭਾਵੇਂ ਉਹ ਸੈਪਰੇਟ ਕੀਤੇ ਗਏ ਹੋਣ, ਕਵਲੇਤੀ ਇਸਤਰੀ ਚ ਬੈਂਕ ਰੋਸੇ ਨਾਲ ਲੈਣਾ ਜਿਹੜੀ ਚਿੱਠੀਆਂ ਸੂਈਆਂ ਦੇ ਨਾਲ, ਫਿਰ ਵੀ ਕਹਿੰਦੇ ਨੇ ਮੌਜੂਦਗੀ ਵਿੱਚ ਪੋਸੀਬਲ ਹੈ ਤਰਵਰਸਾ ਰਹੇ, ਕਹਿੰਦੇ ਪੋਸੀਬਲ ਹੈ ਪਾਰ ਕਰ ਸਕਦੇ ਬਿਨਾਰੀ, ਗਲਤ ਕਿਨ ਫਾਲਸ ਹੋਇਆ, ਕਹਿੰਦੇ ਇਹਦੀ ਮੌਜੂਦਗੀ ਵਿੱਚ ਮੁਮਕਨ ਹੈ ਅਤਰਵਰਸਾ ਬਿਨਾਰੀ ਟਰੈਕ ਪਾਰ ਕਰ ਸਕਦੇ, ਅਨ ਕਿਸੇ ਬਰਾਤ ਕਵਾਲੀਤੀ ਜਿਹੜੇ ਸੈਪਰੇਟ ਹੋਣ, ਜਿਹੜੇ ਕਵਲੀਤੀਆਂ ਦਾ ਮਕਸਦ ਕੀ ਹੁੰਦਾ ਹੈ ਵੀ ਲੈਟਾਂ ਲੁੱਟਾਂ ਖਰਾਬ ਨੇ, ਸ੍ਰੀ ਜੇ ਬੈਂਕ ਰੋਸੇ ਵਾਲੀ ਉਪਲੀਤੀਆਂ ਜੇ ਰੱਖ ਦਿੰਦੇ ਨੇ ਜੇ ਲੈਟਾਂ ਲੁੱਟਾਂ ਖਰਾਬ ਹੋਣ, ਅਤੇ ਉਹਦਾ ਮਤਲਬ ਹੁੰਦਾ ਵੀ ਰੁਕੋ, ਉਹਦਾ ਇਹ ਨਹੀਂ ਮਤਲਬ ਹੁੰਦਾ ਤੁਸੀਂ ਉਹਨਾਂ ਦੀ ਮੌਜੂਦਗੀ ਪਾਰ ਕਰ ਸਕਦੇ, ਫਾਲਸ ਹੋਇਆ। ਅੱਗੇ ਕਿ ਕਰੋਚੀ ਦੇ ਸਨ ਆਂਦਰਿਓ, ਕਰੋਚੀ ਦੇ ਸਨ ਆਂਦਰਿਓ ਜਿਹੜਾ ਨਾ, ਇਹ ਤੁਹਾਨੂੰ ਦੱਸਿਆ ਸੀ, ਇਹ ਹੁਣ ਇੱਕ ਹੈ, ਜੇ ਦੋ ਹੁੰਦੇ ਤਾਂ ਇੱਕ ਤੋਂ ਵੱਧ, ਇਹ ਦੱਸ ਰਿਹਾ ਇਹਦਾ ਕੰਮ ਹੁੰਦਾ ਦੱਸਣਾ ਵੀ ਇਹ ਬਿਨਾਰੀਆਂ ਜਾਂ ਟਰੈਕ ਕਿੰਨੇ ਨੇ ਟ੍ਰੇਨ ਦੇ, ਇਹ ਇੱਕ ਹੈ ਇਹਦਾ ਮਤਲਬ ਹੈ ਇੱਕ ਹੀ ਟ੍ਰੇਨ ਦਾ ਟਰੈਕ ਹੈ ਜੇ ਇੱਕ ਲੱਗਿਆ ਉਹਦਾ, ਜੇ ਇਹ ਲੱਗੇ ਹੋਣ ਜਿਵੇਂ ਡਬਲ, ਇਹਦਾ ਮਤਲਬ ਹੋਵੇਗਾ ਦੋ, ਇੱਕ ਤੋਂ ਵੱਧ, ਇੱਕ ਤੋਂ ਵੱਧ ਯਾਨੀ ਇੱਕ ਤੋਂ ਵੱਧ ਕਿੰਨੇ ਹੋਏ, ਦੋ ਤਿੰਨ ਚਾਰ ਪੰਜ ਸੱਤ ਅੱਠ ਦਸ, ਯਾਨੀ ਕਿ ਇੱਕ ਤੋਂ ਵੱਧ ਟ੍ਰੇਨ ਦੇ ਟਰੈਕ ਨੇ, ਠੀਕ ਹੈ। ਹੁਣ ਪਹਿਲਾਂ ਸਾਡੇ ਕੋਲ ਇੱਕ ਹੈ, ਇੱਥੇ ਇੱਕ ਹੀ ਟ੍ਰੇਨ ਦਾ ਟਰੈਕ ਹੈ, ਇਹ ਦੱਸ ਰਿਹਾ, ਇਹ ਲੱਗਿਆ ਨਾ ਬਿਲਕੁਲ ਲਾਈਟਾਂ ਦੇ ਉੱਤੇ ਵਗੈਰਾ, ਬਿਲਕੁਲ ਨਜ਼ਦੀਕ ਉਹਦੇ ਟ੍ਰੇਨ ਦੇ ਫਾਟਕ ਦੇ, ਇਸ ਨੇ ਫੀਰਾ ਤੋਂ ਸੋਰੀ ਸਿਗਨਲ ਜਿਹੜਾ ਫੀਰੇਸ਼ਨ ਕਰ ਰਹੇ ਨੇ, ਕਰੋਚੀ ਦੇ ਸਨ ਆਂਦਰਿਓ ਜਿਹੜਾ ਪੋਸਟ ਤੋਂ ਇਨ ਪ੍ਰੋਸੀਮੀਦਾ ਦੀ ਉਹਨਾਂ ਪਸਾਜੇ ਲਵੇ ਲਓ, ਪ੍ਰੋਸੀਮੀਤਾ ਉਹਨਾਂ ਨੇੜੇ ਜੀ ਉਹਨਾਂ ਪਸਾਜੇ ਲਵੇ ਟ੍ਰੇਨ ਦੇ ਫਾਟਕ ਦੇ, ਕਹਿੰਦਾ ਟ੍ਰੇਨ ਦੇ ਫਾਟਕ ਦੇ ਨੇੜੇ ਲੱਗਿਆ ਹੁੰਦਾ ਹੈ, ਤੁਰਸਕਨ ਪੇਪਰ ਹੋਇਆ ਟ੍ਰੇਨ ਦੇ ਫਾਟਕ ਦੇ ਨੇੜੇ ਲੱਗਿਆ ਹੁੰਦਾ ਹੈ, ਇਸ ਨੇ ਵੀ ਕਿਹਾ ਤੁਸੀਂ ਕਰੋਚੀ ਸਨ ਆਂਦਰਿਓ, ਕਰੋਚੀ ਸਨ ਆਂਦਰਿਓ ਦਾ ਨਾਮ ਹੈ ਜਿਹੜਾ ਹੈ ਇਹ ਪੋਸਟ ਤੋਂ ਲੱਗਿਆ ਹੋਵੇਗਾ, ਇਮੀਜੇਤੀਆ ਇਮੀਦਿਆ ਤੋਂ ਵਿਚਿਨਾ ਦਾ ਦਲ ਬਿਨਾਰੀ, ਇਮੀਜੀਏਟਲੀ ਬਿਨਾਰੀ ਦੇ ਨੇੜੇ ਲੱਗਿਆ ਹੋਵੇਗਾ, ਵੇਰ ਹੋਇਆ ਵੀ ਇਸ ਨੇ ਫੀਰਾ ਤੋਂ ਕਰੋਚੀ ਸਨਾਂਦਰੀ ਜਿਹੜਾ ਹੈ ਪੋਸਤੋ ਸੁਲਸਤਰਾ ਦਾ ਦੋਪੋ ਇਲ ਸਿਨਿਆਲ ਏ ਪਸਾਜ ਜਿਲ ਵੇਲੋ ਸੰਸਬੇਰੀ ਰੇ, ਕਹਿੰਦੇ ਇਹ ਲੱਗਿਆ ਹੋਵੇਗਾ ਕਰੋਚੀ ਸਨਾਂਦਰੀ ਉਹ ਪੋਸਤ ਲੱਗਿਆ ਹੋਵੇਗਾ ਸੁਲਸਤਰਾ ਦੇ ਦੋਪੋ ਇਲ ਸਿਨਿਆਲ ਏ ਪਸਾਜੋ ਅਲ ਵੇਲੋ ਸੰਸਬੇਰੀ ਰੇ, ਜਿਹੜਾ ਪਸਾਜ ਵੇਲੋ ਟ੍ਰੇਨ ਦਾ ਫਾਟਕ ਬਿਨਾਂ ਬੈਰੀਅਰ ਵਾਲਾ ਉਹਦੇ ਬਾਹਰ ਲੱਗਿਆ ਹੋਵੇਗਾ, ਦੁਰਸ਼ਕਨ ਬਿਵੇਰ ਹੋਇਆ ਜਿਹੜਾ ਪਸਾਜਿਲ ਵੇਲੋ ਵਾਲਾ ਬਾਰ ਉਹ ਹੁੰਦਾ ਨਾ ਬੈਰੀ ਬੈਰੀਅਰ ਵਾਲਾ ਬੈਨੀ ਬੈਰੀ ਰੇ ਪਸਾਜਿਲ ਵੇਲੋ ਉਹ ਸੈਂਸਾਬਰੀ ਰੇ ਜਿਹੜਾ ਹੈ ਉਹ ਜਿਹੜਾ ਹੁੰਦਾ ਨਾ ਜਿਹੜਾ ਬੈਰੀਅਰ ਵਾਲਾ ਨਹੀਂ ਜਿਹੜਾ ਸੈਂਸਾਬਰੀ ਰੇ ਬਿਨਾਂ ਬੈਰੀਅਰ ਵਾਲਾ ਉਹਦੇ ਤੋਂ ਪਹਿਲੇ ਲੱਗਿਆ ਹੁੰਦਾ ਕਿ ਸੈਂਸਾਬਰੀ ਵਾਲਾ ਜਿਹੜਾ ਅਸੀਂ ਪਿੱਛੇ ਵੜ ਗਏ ਹਾਂ ਜਿੱਥੇ ਟ੍ਰੇਨ ਦਾ ਫੋਟੋ ਪਿਆ ਸੀ ਉਹ ਇਹਦੇ ਤੋਂ ਪਹਿਲੇ ਲੱਗਿਆ ਹੁੰਦਾ ਕਿਉਂਕਿ ਉਹ 150 ਮੀਟਰ ਦੂਰ ਤੋਂ ਲੱਗਿਆ ਹੁੰਦਾ, ਇਹ ਤਾਂ ਬਿਲਕੁਲ ਉਹਦੇ ਨਜ਼ਦੀਕ ਲੱਗਿਆ ਹੁੰਦਾ ਫਾਟਕ ਦੇ, ਠੀਕ ਹੈ, ਇਸ ਕਰਕੇ ਵੇਰੋ ਕਿਉਂਕਿ ਇਹ ਕਹਿੰਦੇ ਨੇ ਵੀ ਪੋਸਟ ਤੋਂ ਲੱਗਿਆ ਹੋਇਆ ਸੁਰਸਰਾ ਦਾ ਦੋਪੋ ਸਿਨਿਆਲ ਏ ਇਹ ਸਿਗਨਲ ਤੋਂ ਬਾਹਰ ਲੱਗਿਆ ਹੋਇਆ ਸਜੋ ਲੈ ਸੈਂਸਰ ਵੀ ਇਹਦੇ ਤੋਂ ਬਾਹਰ ਲੱਗਿਆ ਹੋਇਆ ਇਸ ਨਾਲ ਇੱਕ ਰੁਚੀ ਦੀ ਸਨਾਂਦਰੀਆ ਜਿਹੜਾ ਪ੍ਰੀਵੀਜ਼ ਦਾ ਨੋਟਿਸ ਦਿੰਦਾ ਸੀ ਇੱਕ ਰੁਚੀ ਸਨਾਂਦਰੀ ਵਾਲਾ ਸਿਗਨਲ ਉਹਨਾਂ ਸਿੱਧੇ ਫਿਰ ਵਿਹਰੀਆ ਕੁੰਨ ਪਿਉ ਬਿਨਾਰੀ ਇੱਕ ਸਿੱਧੇ ਫਿਰ ਵਿਹਰੀਆ ਜ਼ਿਆਦਾ ਬਿਨਾਰੀ ਦੇ ਨਾਲ ਇਹ ਵੀ ਗੱਲ ਕਿ ਫਾਲਸ ਹੋਇਆ ਜ਼ਿਆਦਾ ਬਿਨਾਰੀ ਦੇ ਨਾਲ ਇਹ ਕੋਈ ਨੋਟਿਸ ਨਹੀਂ ਦੇ ਰਹੇ ਫਾਲਸ ਇਸ ਨਾਲ ਇੱਕ ਰੁਚੀ ਦੀ ਸਨਾਂਦਰੀ ਜਿਹੜਾ ਹੈ ਹਾ ਦੂਏ ਲੂਚੇ ਰੋਜ਼ ਏ ਕਿ ਸੀ ਅਚੈਨ ਦਨੋ
Alternativamente, se il passaggio è livello I con semibarile. Che ne vede? Dopo croce, croce di San Andre, ha due luci rose, d'ora latane, che si accendono di uno, alternativamente, viene che vari. Se il... Dico, che ne è in India, croce di San Andre, d'ora latane. ਦੇਖੋ ਕੁਰਚੀ ਸਨਾਂਦਰੀ ਵਿੱਚ ਦੋ ਲੈਟਾਂ ਨਹੀਂ ਹੁੰਦੀਆਂ ਨੇ ਕਿਉਂਕਿ ਜਿਹੜੀ ਵਾਰੀ ਵਾਰੀ ਆਉਂਦੀਆਂ ਨੇ ਜਿਹੜੇ ਇਹਦੇ ਥੱਲੇ ਲੱਗੀਆਂ ਹੁੰਦੀਆਂ ਨੇ ਜਿਹੜੀ ਲੈਟ ਹੁੰਦੀਆਂ ਨਾ ਦੋ ਜਗਦੀਆਂ ਬੁਝਦੀਆਂ ਠੀਕ ਹੈ ਉਹ ਬੇਸਿਕਲੀ ਇਹਦੇ ਥੱਲੇ ਵਗਰ ਲੱਗੀਆਂ ਹੁੰਦੀਆਂ ਠੀਕ ਹੈ ਨਾਲ ਹੀ ਕਹਿੰਦੇ ਕਿਸੇ ਅਚਿਹਨ ਨਾਲ ਤਰਨਦੀ ਮੂਵਮੈਂਟ ਜਿਹੜੀ ਵਾਰੀ ਵਾਰੀ ਆਉਣ ਹੁੰਦੀਆਂ ਨੇ ਯਾਨੀ ਕਿ ਜਗਦੀਆਂ ਬੁਝਦੀਆਂ ਨੇ ਸਿਰਫ ਸੱਜੇ ਲੈਵਲੋ ਕੌਣ ਸਮੀ ਬੈਰੀ ਜੇ ਸੱਜੇ ਲੈਵਲ ਸਮੀ ਬੈਰੀ ਨਾਲ ਹੋਵੇ ਨਹੀਂ ਇੱਥੇ ਗਲਤ ਹੋ ਗਿਆ ਸਮੀ ਬੈਰੀ ਨਾਲ ਹੀ ਸੈਂਸਾ ਬੈਰੀ ਨਾਲ ਹੋਵੇ ਤੇ ਕਿਹੜੇ ਨਾਲ ਸੈਂਸ ਆ ਬੈਰੀਅਰ ਗੱਲ ਇੱਥੋਂ ਗਲਤ ਹੋਈ ਐਂਡ ਤੂੰ ਕਹਿੰਦੇ ਕੌਣ ਸਮੀ ਬੈਰੀਅਰ ਅੱਧੇ ਬੈਰੀਅਰ ਵਾਲੇ ਨਾਲ ਹੋਏ ਨਾ ਬੈਰੀਅਰ ਨਾਲ ਨਾ ਅੱਧੇ ਬੈਰੀਅਰ ਨਾਲ ਆਉਣ ਆਏ ਨੇ ਇਹਨੇ ਸੈਂਸ ਆ ਬੈਰੀਅਰ ਜਿਹੜੇ ਸੱਜੇ ਲੈਵਲ ਬਿਨਾਂ ਬੈਰੀਅਰ ਤੋਂ ਹੋਵੇਗਾ ਨਾ ਉਹਦੇ ਨਾਲ ਆਉਣ ਆਏ ਨੇ ਇਸ ਕਰਕੇ ਫਾਲਸ ਹੋਇਆ ਇਸ ਨੇ ਵਾਲੇ ਕਰੋਚੇ ਦੀ ਸਨਾਂਦਰੀ ਜਿਹੜਾ ਹੈ ਇੰਟੇਗ੍ਰਾਟੋ ਕੋ ਨਾ ਲੂਚੇ ਵੈਰਦੇ ਇੱਕ ਇਹਦੇ ਨਾਲ ਗ੍ਰੀਨ ਲਾਈਟ ਹੋਵੇਗੀ ਇਹ ਉਨਾ ਰੋਸਾ ਔਰ ਰੈਡ ਲਾਈਟ ਨਹੀਂ ਇਹਦੇ ਨਾਲ ਦੋ ਲੂਚੇ ਰੋਜ਼ ਆਉਂਦੇ ਨੇ ਲੰਬਾ ਜਾਂਦੀਆਂ ਅਲਟਰਨੇਟਿਵ ਮੈਂਥ ਜਿਹੜੀ ਆਉਣ ਆਉਂਦੀਆਂ ਨੇ ਵਾਰੀ ਵਾਰੀ ਜਗਦੀਆਂ ਬੁਝਦੀਆਂ ਰਹਿੰਦੀਆਂ ਨੇ ਦੋ ਲੂਚੇ ਰੋਜ਼ ਆਉਂਦੀਆਂ ਨੇ ਜਿਹੜੀ ਫੁੱਲ ਬਾਰੀ ਨਾਲ ਹੋਵੇਗਾ ਉਹ ਫਿਕਸ ਉਹਨਾਂ ਲੂਚੇ ਰੋਜ਼ਾ ਫੀਸਾ ਹੁੰਦੀ ਹੈ ਇੱਕ ਲੇਟ ਫਿਕਸ ਰੈਡ ਲੇਕਿਨ ਇਹਦੇ ਨਾਲ ਦੋ ਲੂਚੇ ਰੋਜ਼ਾ ਫੀਸਾ ਹੁੰਦੀਆਂ ਨੇ ਗ੍ਰੀਨ ਲਾਈਟ ਦਾ ਕੋਈ ਤਲਕ ਨਹੀਂ ਇਸ ਕਰਕੇ ਫਾਲਸ ਹੋ ਹੁਣ ਇਹ ਵੀ ਉਹ ਚੀਜ਼ ਹੈ ਜੀ ਸੇਮ ਕਰੋਚੇ ਸਨਾਂਦਰੀ ਹੈ ਲੇਕਿਨ ਇਹ ਦੋ ਚੌਂਕ ਕਰੋਚੇ ਸਨਾਂਦਰੀ ਨੇ ਦੁੱਪੀ ਕਰੋਚੇ ਸਨਾਂਦਰੀ ਹੈ ਤੇ ਮੁਰਾਦ ਯਾਨੀ ਕਿ ਇੱਕ ਤੋਂ ਵੱਧ ਟਰੈਕ ਹੈ ਠੀਕ ਹੈ ਯਾਨੀ ਕਿ ਤੁਹਾਨੂੰ ਟ੍ਰੇਨ ਦੇ ਨੇੜੇ ਆ ਕੇ ਇਹ ਨਹੀਂ ਕਿ ਟ੍ਰੇਨ ਇੱਕ ਨਿਕਲ ਗਈ ਹੈ ਤਾਂ ਤੁਸੀਂ ਮਗਰ ਦੌੜ ਪਓ ਰੋਡ ਟਰੈਕ ਉੱਤੇ ਚੱਲ ਜਾਓ ਤੁਹਾਨੂੰ ਦੇਖਣਾ ਚਾਹੀਦਾ ਹੈ ਕਿ ਇੱਕ ਤੋਂ ਵੱਧ ਟਰੈਕ ਹੈ ਅਤੇ ਮੁਮਕਿਨ ਹੈ ਪਿੱਛੇ ਦੂਜੇ ਟਰੈਕ 'ਤੇ ਤੀਜੇ ਟਰੈਕ 'ਤੇ ਪੰਜਵੇਂ ਟਰੈਕ 'ਤੇ ਕੋਈ ਹੋਰ ਟ੍ਰੇਨ ਆ ਰਹੀ ਹੋਵੇ ਇਸ ਨਾਲ ਜਦ ਤੱਕ ਲਾਈਟ ਬੰਦ ਨਹੀਂ ਨਾ ਹੁੰਦੀ ਦੋ ਜਿਹੜੀ ਲਾਈਟਾਂ ਜਗਦੀ ਬੁਝਦੀਆਂ ਨਾ ਤਦ ਤੱਕ ਤੁਹਾਨੂੰ ਨਿਕਲਣਾ ਨਹੀਂ ਚਾਹੀਦਾ ਕਹਿੰਦੇ ਇਸ ਨਾਲ ਦੋਪੀ ਪਰੋਚੇ ਸਰਾਂ ਦਾ ਜਿਹੜਾ ਹੈ ਇੰਪੋਨੇ ਲਾਗੂ ਕਰਦਾ ਹੈ ਦੀ ਫਰਮਾਰਸੀ ਅਲਾ ਸਤ੍ਰੀਚਾ ਦੀ ਰੈਸਟੋ ਕਹਿੰਦੇ ਸਤ੍ਰੀਚਾ ਦੀ ਰੈਸਟੋ ਤੇ ਕਹਿੰਦੇ ਲਾਗੂ ਕਰਦੇ ਰੁਕੋ ਸੇ ਈ ਅਰੀਵੋ ਇਨ ਟ੍ਰੇਨੋ ਜੇ ਟ੍ਰੇਨ ਆਉਣ ਲੱਗੀ ਹੋਵੇ ਤਾਂ ਕਿੱਥੇ ਰੁਕੋ ਫਿਰ ਮਾਸੀ ਰੁਕੋ ਤੁਸੀਂ ਸਤ੍ਰੀਚੇ ਦੇ ਰੈਸਟੋ ਤੇ ਸੇ ਇਨ ਅਰੀਵੋ ਇਨ ਟ੍ਰੇਨੋ ਜੇ ਟ੍ਰੇਨ ਆ ਰਹੀ ਹੋਵੇ ਰੋਇਆ ਸਤ੍ਰੀਚੇ ਰੈਸਟੋ ਸਤ੍ਰੀਚੇ ਦਰਬਾਰਸਾਲੀ ਦੇ ਰੈਸਟੋ ਹੁੰਦਾ ਨਾ ਅੱਗੇ ਜ਼ਮੀਨ ਤੇ ਪੇਂਟ ਹੋ ਜਾਂਦੀ ਮੋਟੀ ਜੀ ਲਾਈਨ ਵੀ ਇੱਥੇ ਤੁਸੀਂ ਰੁਕਣਾ ਤੇ ਦੁਆਰ ਤੇ ਅੱਗੇ ਨਹੀਂ ਜਾ ਸਕਦੇ ਇਸ ਨਾਲ ਇਹ ਦੋਪੀ ਪ੍ਰੋਚੀ ਸਨਾਂਦਰੀ ਜੋ ਹੈ ਸਿਨਿਆਲਾ ਕੇ ਲਾ ਲੀਨੀਆ ਫਰਵਿਓਰੀਆ ਹਾ ਪਿਊ ਦਿਉਨੋ ਬਨਾਰੀ ਕਹਿੰਦੇ ਲੀਨੀਆ ਫਰਵਿਓਰੀਆ ਦੀ ਇੱਕ ਤੋਂ ਵੱਧ ਬਨਾਰੀ ਟਰੈਕ ਹੈ ਦੁਰਸ ਕਿਨ ਵੇਰਾ ਲੀਨੀਆ ਫਿਰ ਵੇਰੇ ਦੀ ਇੱਕ ਤੋਂ ਵੱਧ ਬਨਾਰੀ ਜਾਂ ਟਰੈਕ ਹੀ ਦੱਸ ਰਹੇ ਨੇ ਠੀਕ ਹੈ ਸਿਰ ਕੇ ਵੇਰੋ ਦੋਪਿਤ ਰੁਚੀ ਸਾਨ ਅੰਦਰ ਜਿਹੜਾ ਹੈ ਇਹ ਵੀ ਤਾਂ ਇਨਵਾਈਟ ਕਰਦਾ ਹੈ ਅਫਾਰੇ ਟੈਨਸ਼ਨ ਟੈਨਸ਼ਨ ਲਵੋ ਫਿਰ ਕੇ ਪੋਤਰੇ ਬੇ ਅਰੀਵਾਰੇ ਉਹਨਾਂ ਅਲਤਰੋ ਤਰੇਨੋ ਸੂਏ ਉਹਨਾਂ ਅਲਤਰੋ ਬਨਾਰੀ ਕਹਿੰਦੇ ਹੋ ਸਕਦਾ ਹੈ ਆਉਣ ਲੱਗੀ ਹੋਵੇ ਇੱਕ ਹੋਰ ਟ੍ਰੇਨ ਇੱਕ ਹੋਰ ਬਨਾਰੀ ਦੇ ਉੱਤੇ ਦੁਰਸ ਕਿਨ ਵੇਰੇ ਹੋਇਆ ਸਿਨਿਆਲ ਦੋਪਿਤ ਰੁਚੀ ਸਾਨ ਅੰਦਰ ਜਿਹੜਾ ਹੈ ਪੋਸਟ ਤੋਂ ਚਿੰਤਿਤ ਚੁਕਾਉਣ ਦਾ ਮੈਥ ਸਜਲ ਹੋਇਆ ਕਹਿੰਦੇ 150 ਮੀਟਰ ਲੱਗਿਆ ਹੋਵੇਗਾ ਨਹੀਂ ਜਿਹੜੇ ਨਾ ਪੈਰੀਕਲ ਸਿਗਨਲ ਤਕਰੀਬਨ ਸਾਰੇ ਹੀ 150 ਮੀਟਰ ਤਾਂ ਨੇ ਲੇਕਿਨ ਇਹ ਜਿਹੜਾ ਸਿਗਨਲ ਹੈ ਇਹ ਬਿਲਕੁਲ ਲਾਗੇ ਲੱਗਿਆ ਹੁੰਦਾ ਠੀਕ ਹੈ ਇਹ ਜਿਹੜਾ ਸਿਗਨਲ ਹੈ ਖਾਸ ਕਰ ਇੱਕ ਇਹ ਬਿਲਕੁਲ ਟ੍ਰੇਨ ਦੇ ਨਜ਼ਦੀਕ ਹੁੰਦਾ ਹੈ ਫਾਟਕ ਦੇ ਅਤੇ ਇਹ 150 ਮੀਟਰ ਦੂਰ ਨਹੀਂ ਹੁੰਦਾ ਬਾਕੀ ਸਾਰੇ 150 ਦੇ ਨੇ ਇਸ ਕਰਕੇ ਫਾਲਸ ਹੋ ਇਸਿਲ ਸਿਨਿਆਲੀ ਦੋਪੀ ਕਰੋਚੀ ਸਨਾਂਦਰੀ ਹੋ ਜਿਹੜਾ ਦੋਪੀ ਕਰੋਚੀ ਸਨਾਂਦਰੀ ਹੈ ਇੰਡੀ ਗਾਂਡੀ ਦੇ ਦਿਨ ਕੇ ਲਾ ਲੀਨੀਆ ਫਿਰ ਵੀ ਹੋ ਰਿਹਾ ਹਾ ਸੁਲਤਾਨ ਤੋਂ ਉਹਨਾਂ ਬਣਾ ਰਹੀ ਹੋ ਕਹਿੰਦੇ ਸਿਰਫ ਇੱਕ ਟਰੈਕ ਹੈ ਨਹੀਂ ਇੱਕ ਨਹੀਂ ਪਿਊ ਦੀ ਉਹਨਾਂ ਬਣਾ ਰਹੀ ਹੈ ਯਾਨੀ ਕਿ ਇੱਕ ਤੋਂ ਵੱਧ ਹੈ ਦੋ ਤਿੰਨ ਚਾਰ ਪੰਜ ਕਿੰਨੇ ਵੀ ਹੋ ਸਕਦੇ ਇਸ ਕਰਕੇ ਫਾਲਸ ਹੋਇਆ ਇਹ ਦੋ ਇਸਨੇ ਦੋਪੀ ਕਰੋਚੀ ਸਨਾਂਦਰੀ ਜਿਹੜਾ ਹੈ ਉਹ ਇਸ ਤਰ੍ਹਾਂ ਪੋਸਟ ਤੋਂ ਸੂਬੀ ਤੋਂ ਪ੍ਰੀਮਾ ਦਿਉਣਾ ਅੱਤਰ ਵਰਸਾ ਮੈਂ ਤਾਂ ਫਿਰ ਵੀ ਹੋ ਰਿਹਾ ਕਹਿੰਦੇ ਸੂਬੀ ਤੋਂ ਪਹਿਲੇ ਲੱਗਿਆ ਹੋਇਆ ਕਿ ਜ਼ੈਬਰਾ ਕ੍ਰਾਸਿੰਗ ਦੇ ਕੌਣ ਸਮੀ ਬੈਰੀ ਹੈ ਦੇਖੋ ਜ਼ੈਬਰਾ ਕ੍ਰਾਸਿੰਗ ਦੇ ਉੱਤੇ ਜ਼ਮੀ ਬੈਰੀ ਤੋਂ ਸੋਰੀ ਅੱਤਰ ਵਰਸਾ ਮੈਂ ਤਾਂ ਫਿਰ ਵੀ ਹੋ ਰਿਹਾ ਹੈ ਕਦੇ ਨਾਲ ਨਹੀਂ ਹੈ ਅੱਤਰ ਵਰਸਾ ਮੈਂ ਫਿਰ ਵੀ ਹੋ ਰਿਹਾ ਹੁੰਦਾ ਨਾ ਜਿਹੜਾ ਟ੍ਰੇਨ ਦਾ ਫਾਟਕ ਹੋ ਜਾਂਦਾ ਠੀਕ ਹੈ ਉਹਨੂੰ ਫਾਟਕ ਹੀ ਕਹਿੰਦੇ ਨੇ ਠੀਕ ਹੈ ਅਤੇ ਕੌਣ ਸੈਮੀ ਬੈਰੀ ਦੇ ਕਹਿੰਦੇ ਸਮੀ ਬੈਰੀ ਵਾਲ ਨਾਲ ਹੋਵੇਗਾ ਇੱਥੋਂ ਗਲਤ ਹੋ ਗਿਆ ਸਮੀ ਬੈਰੀ ਨਾਲ ਬਿਨਾਂ ਬੈਰੀ ਤੋਂ ਹੋਵੇਗਾ ਜਿਹੜਾ ਉਹਦੇ ਨਾਲ ਹੋਵੇਗਾ ਇਸ ਕਰਕੇ ਫਾਲਸ ਹੋਇਆ ਸੈਂਸਾ ਬੈਰੀ ਜੇ ਹੁੰਦੇ ਨਾ ਸੱਜ ਲੈਵਲ ਹੋ ਜਾਂ ਐਤਰ ਵਰਸਾ ਮੈਂ ਤਾਂ ਫਿਰ ਵੀ ਹੋ ਕੌਣ ਸੈਂਸਾ ਬੈਰੀ ਦੇ ਫਿਰ ਉਹਦੇ ਨਾਲ ਹੁੰਦਾ ਬੈਰੀ ਦੇ ਸਮੀ ਬੈਰੀ ਦੇ ਨਾਲ ਨਹੀਂ ਹੁੰਦਾ ਫਾਲਸ ਹੋ ਅੱਗੇ ਪਨੇਲੀ ਦਿਸਣ ਦੀ ਮੈਤਰੀ ਕੋ ਇਹਨੂੰ ਪਨੇਲੀ ਦਿਸਣ ਦੀ ਮੈਤਰੀ ਕੋ ਕਹਿੰਦੇ ਨੇ ਪਹਿਲੀ ਪਨੇਲੋ ਜਿਹੜੀ ਹੁੰਦੀ ਹੈ ਨਾ ਇਹ ਲੱਗੀ ਹੁੰਦੀ ਹੈ 150 ਮੀਟਰ 3 ਬਾਰੇ ਵਾਲੀ ਯਾਨੀ ਫਾਟਕਾਂ ਤੋਂ 150 ਮੀਟਰ ਦੂਰ ਇਹ 3 ਬਾਰੇ 1 ਬਾਰਾ ਜਿਹੜਾ 50 ਮੀਟਰ ਕਰ ਲਓ ਜੇ 3 ਬਾਰੇ ਨੇ ਤਾਂ 50 150 ਮੀਟਰ ਦੂਰ ਇਹ ਲੱਗੀ ਹੁੰਦੀ ਸੱਜੇ ਲੈਵਲ ਵਾਲਾ ਜਿਹੜਾ ਬੋਰਡ ਹੁੰਦਾ ਨਾ ਉਹਦੇ ਥੱਲੇ ਪਰ
ਭਾਵੇਂ ਜੇ ਬੈਰੀਅਰ ਵਾਲਾ ਹੋਵੇ ਭਾਵੇਂ ਬਿਨਾਂ ਬੈਰੀਅਰ ਤੋਂ ਹੋਵੇ, ਭਾਵੇਂ ਸਮੀ ਬੈਰੀਅਰ ਹੋਵੇ, ਸਭ ਭਾਵੇਂ ਸਾਜੇ ਲਵੇਲੇ ਤੋਂ ਐਪਨਲ ਲੱਗੀ ਹੁੰਦੀ ਹੈ। ਇਹ ਤਿੰਨ ਬਾਰਿਆਂ ਵਾਲੀ 150 ਮੀਟਰ ਦੂਰ, ਦੋ ਬਾਰਿਆਂ ਵਾਲੀ 100 ਮੀਟਰ ਦੂਰ, ਇੱਕ ਬਾਰੇ ਵਾਲੀ 50 ਮੀਟਰ ਦੂਰ। ਠੀਕ ਹੈ, ਬਹੁਤ ਈਜ਼ੀ ਨੇ ਤਾਂ ਕੁਸ਼ਚਨ ਹੈ। ਕਹਿੰਦੇ ਸਿਨੇਹਾ ਫਿਗਰਾ ਤੋਂ ਸੋਨੋ ਪੋਸਟ ਲੱਗਿਆ ਹੋਵੇਗਾ ਪ੍ਰੀਮਾ ਦੀ ਉਹਨਾਂ ਕੁਆਲਿਸਿਆ ਸੀ ਤੀਪੋ ਤੋਂ ਪਸਾਜੀ ਵੇਲੋ, ਕੁਆਲਿਸਿਆ ਸੀ ਕਿਸੇ ਵੀ ਟਾਈਪ ਦੀ ਪਸਾਜੀ ਵੇਲੋ, ਟ੍ਰੇਨ ਦੇ ਫਾਟਕ ਤੋਂ ਪਹਿਲੇ ਲੱਗਿਆ ਹੋਵੇਗਾ। ਫਿਰ ਇਲਪਨੇ ਲਈ ਫਿਗਰਾ ਤੋਂ ਸੋਨੋ ਪੋਸਟ ਲੱਗੀ ਹੋਵੇਗੀ ਰੈਸਪੈਕਟਿਵਾ ਮੈਂ ਅਤੇ ਅਚਿਰ ਕਾ ਚੰਤੋ ਚੁਕਵਾਂ ਤਾਂ ਮੈਤਰੀ 150 ਮੀਟਰ ਜਿਹੜੀ ਤਿੰਨ ਬਾਰੇ ਵਾਲੀ ਹੈ, ਚੰਤੋ ਮੈਤਰੀ 100 ਮੀਟਰ ਦੋ ਬਾਰੇ ਵਾਲੀ, ਚੁਕਵਾਂ ਤਾਂ ਮੈਤਰੀ ਔਰ 50 ਮੀਟਰ ਜਿਹੜੀ ਇੱਕ ਬਾਰੇ ਵਾਲੀ ਹੈ, ਇੱਕ ਜਿਹਦੇ ਰੈਡ ਲਾਈਨ ਪਈ ਹੈ। ਦਲਾ ਅਤਰਵਟ ਸਮੇਂ ਤਾਂ ਫੇਰੀ ਵੇਰੀਆ, ਅਤਰਵਟ ਸਮੇਂ ਤਾਂ ਫੇਰੀ ਵੇਰੇ ਤੋਂ 50, 100, 150 ਮੀਟਰ ਦਾ ਵੇਰ ਹੋਇਆ, ਤਿੰਨ ਲੱਗੀ ਹੁੰਦੀ ਨੇ। ਇਹਦਾ ਮਕਸਦ ਦੱਸਦੀ ਹੈ ਕਿ ਅਸੀਂ ਟ੍ਰੇਨ ਦੇ ਫਾਟਕ ਤੋਂ ਕਿੰਨੇ ਦੂਰ ਹੈਗੇ ਹਾਂ। ਇਲਸਿਨੇ ਇਪਨੇ ਰਫਿਗਰਾ ਤੋਂ ਸੁਨਰਪਾ ਨੂੰ ਦਿਨਦਿਕਾਰ ਏ ਇਲ ਪ੍ਰੋਗਰੈਸੀਵੋ ਅਵਿਚਿਨਾਰ ਸੀ ਅਲਪਸਜ ਲੈਵਲੋਂ, ਕਹਿੰਦੇ ਇਹ ਦੱਸਦਾ ਹੈ ਕਿ ਤੁਸੀਂ ਕਿੰਨੇ ਨਜ਼ਦੀਕ ਲੱਗ ਗਏ ਟ੍ਰੇਨ ਦੇ ਫਾਟਕ ਦੇ ਵੇਰ ਹੋਇਆ। ਇਪਨੇ ਰਫਿਗਰਾ ਤੋਂ ਸੀਪੋਸੋ ਨੂੰ ਤਰੋਬਾਰ ਏ ਮਿਲ ਸਕਦੀ ਹੈ ਸੋਲੋ ਸੇ ਇਲਪਸਜ ਲੈਵਲੋ ਕੁਨ ਬੈਰੀਰੇ ਔਰ ਸਮੀ ਬੈਰੀਰੇ, ਕਹਿੰਦੇ ਸਿਰਫ ਜੇ ਪਸਾਜੀ ਲੋਏ ਲੋ ਬੈਰੀ ਨੇ ਸਮੀ ਬੈਰੀ ਨਾਲ ਹੋਵੇ ਤਾਂ ਇਹ ਵੀ ਗਲਤ ਨਹੀਂ ਪਾਉਂਦਾ, ਬੈਰੀਰ ਸਮੀ ਬੈਰੀਰ ਦੇ ਨਾਲ ਇੱਦਾਂ ਕੋਈ ਤਲਕ ਨਹੀਂ ਹੈ। ਭਾਵੇਂ ਬੈਰੀਰ ਹੋਵੇ, ਸਮੀ ਬੈਰੀ ਹੋਵੇ, ਫੁੱਲ ਬੈਰੀਅਰ ਹੋਵੇ, ਬਿਨਾਂ ਬੈਰੀਰ ਤੋਂ ਹੋਵੇ, ਕੋਈ ਵੀ ਹੋਵੇ, ਉਹਨਾਂ ਸਭਾਂ ਨਾਲ ਮਿਲ ਸਕਦੀ ਹੈ। ਇਹਦਾ ਕੋਈ ਬੈਰੀਅਰ ਜਾਂ ਨਾਲ ਜਾਂ ਬੈਰੀ ਤੋਂ ਬਗੈਰ ਦਾ ਇੱਦਾਂ ਕੋਈ ਤਲਕ ਨਹੀਂ ਹੈ, ਸਭਾਂ ਨਾਲ ਮਿਲੇਗੀ ਸਿਰਫ ਫਾਲਸੋ। ਇਪਨੇ ਫਿਗਰਾ ਤੋਂ ਇੰਡੀ ਕੰਡੀ ਕਹਿੰਦੇ ਲਵੋਰਿੰਗ ਕੋਰਸ, ਲਵੋਰਿੰਗ ਕੋਰਸ ਵਾਲੇ ਪਿੰਨਲ ਜਿਹੜੀਆਂ ਹੁੰਦੀਆਂ ਨਾ ਉਹ ਹੁੰਦੀਆਂ ਨੇ ਪੀਲੇ ਰੰਗ ਦੀਆਂ, ਇਸ ਕਰਕੇ ਇਹ ਲਵੋਰਿੰਗ ਕੋਰਸ ਵਾਲੀ ਨਹੀਂ ਹੈ ਵੀ ਇਹ ਇਹ ਫਾਸਲਾ ਦੱਸਣ ਵਾਲੀ ਟ੍ਰੇਨ ਦੇ ਫਾਟਕ ਨੂੰ, ਇਸ ਕਰਕੇ ਫਾਲਸ ਹੋਇਆ। ਅਗੇਨ ਪੇ ਈ ਸਿਨੇ ਪਿੰਨਲ ਫਿਗਰਾ ਤੋਂ ਹਾਨੋ ਤਾਂਤੀ ਸਤਰੀਚੇ ਰੋਜ਼ੇ ਕੁਆਂਤੀ ਸੋਨੋ ਬਿਨਾਰੀ ਦੇ ਪਸਾ ਜਿਲ ਵੇਲੋ, ਕਹਿੰਦੇ ਉਨੇ ਹੀ ਤਾਂਤੀ ਸਤਰੀਚੇ ਰੋਜ਼ੇ ਉਨੇ ਹੀ ਰੈਡ ਲੈਣਾ ਜਿੰਨੇ ਕੁਆਂਤੀ ਸੋਨੋ ਬਿਨਾਰੀ ਜਿੰਨੇ ਟਰੈਕ ਨੇ। ਗਲਤ ਕਿੰਨੇ ਫਾਲਸ ਹੋਇਆ, ਫਜ਼ੂਲ ਦੀ ਗੱਲ ਕੀਤੀ ਨੇ, ਇਹ ਤਾਂ ਦੂਰੀ ਦੱਸ ਰਹੇ ਹੁੰਦੇ ਫਾਟਕਾਂ ਤੋਂ ਤੁਸੀਂ ਕਿੰਨੇ ਦੂਰ ਰਹਿ ਗਏ ਹੋ, ਇਹ ਕੋਈ ਟਰੈਕ ਨਹੀਂ ਦੱਸ ਰਹੇ। ਟਰੈਕ ਦੱਸਣ ਲਈ ਕਿਹੜੇ ਹੁੰਦੇ ਨੇ, ਕਰੋਚੇ ਦੇ ਸਨ ਅੰਦਰੀ ਹੁੰਦੇ ਨੇ, ਉਦੋਂ ਵੀ ਕਰੋਚੇ ਸਨ ਅੰਦਰੀ, ਇਸ ਕਰਕੇ ਫਾਲਸੋ। ਇਹ ਹੋ ਗਿਆ ਅਤਰਵਰ ਸਮੈਂ ਤੋਂ ਤਰਾਂਬਿਆਰੀ, ਇਹ ਅਤਰਵਰ ਸਮੈਂ ਤੋਂ ਤਰਾਂਬਿਆਰੀ ਦਾ ਹੈਗਾ ਵੇ, ਯਾਨੀ ਕਿ ਇਹ ਸ਼ਹਿਰਾਂ ਵਾਲਾ ਹੁੰਦਾ। ਠੀਕ ਹੈ, ਦੱਸ ਰਿਹਾ ਕਿ 150 ਮੀਟਰ ਅੱਗੇ ਅਤਰਵਰ ਸਮੈਂ ਤਰਾਂਬਿਆਰੀ ਹੈ। ਠੀਕ ਹੈ ਵੀ ਜਿੱਥੋਂ ਸ਼ਹਿਰ ਦੇ ਵਿੱਚ ਟਰਾਂ ਵਗੈਰਾ ਜਿਹੜੀ ਉੱਤੇ ਬਿਜਲੀ ਤਾਰ ਵਗੈਰਾ ਬਿਜਲੀ ਚਲਦੀ ਹੁੰਦੀ ਹੈ ਉਹ ਜਾ ਰਹੀ ਹੈ।